ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਸਭ ਦਾ ਸਵਾਗਤ ਹੈ ਭਰਾ ਤੁਹਾਡੀ ਦੇ ਯੂਟਿਊਬ ਚੈਨਲ 'ਤੇ। ਅਤੇ ਅੱਜ ਕਾਫੀ ਦਿਨ ਹੋ ਗਏ ਆਪਾਂ ਇੱਕ ਵਲੌਗ ਨਹੀਂ ਪਾਇਆ ਸੀ, ਬਿਜੀ ਚੱਲ ਰਿਹਾ ਸੀ ਸ਼ਡਿਊਲ, ਤੁਹਾਨੂੰ ਪਤਾ ਜਿਵੇਂ ਇੱਥੇ ਫਿਰ ਪ੍ਰੈਕਟਿਸ 'ਤੇ ਵੀ ਜਾਣਾ ਹੁੰਦਾ ਅਤੇ ਉਹਦਾ ਕਰਕੇ ਫਿਰ ਆ ਕੇ ਹੁੰਦਾ ਵੀ ਚਲੋ ਸੋਈਏ ਰੈਸਟ ਕਰੀਏ, ਉਹਦਾ ਕਰਕੇ ਫਿਰ ਥੋੜ੍ਹਾ ਜਿਹਾ ਬਿਜੀ ਕਰਕੇ ਆਪਾਂ ਵਲੌਗ ਨਹੀਂ ਬਣਾਇਆ ਕਾਫੀ ਦਿਨ ਹੋ ਗਏ। ਅਤੇ ਅੱਜ ਹੈਗਾ ਆਪਣਾ ਬਰਥਡੇ ਅਤੇ ਸਾਰੇ ਇੰਡੀਆ ਦੇ ਕੱਲ੍ਹ ਲੰਘ ਚੁੱਕਾ, ਸਾਡੇ ਅੱਜ ਆ ਅਤੇ ਸਾਰਿਆਂ ਵੀਰਾਂ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ, ਬਹੁਤ ਮੈਸੇਜ ਆਏ ਅਤੇ ਰਿਪਲਾਈ ਜਿੰਨਾ ਕਦਾ ਹੋਇਆ ਤਾਂ ਮੈਂ ਕੀਤਾ, ਸਟੋਰੀ ਵੀ ਇੰਸਟਾਗ੍ਰਾਮ 'ਤੇ ਗਾਹ ਪਾਇਆ ਪਿਆ ਪੂਰਾ ਅਤੇ ਸਿਰਾ ਲਾਇਆ ਪਿਆ ਪੂਰਾ, ਤੁਸੀਂ ਜਿੰਨੇ ਕਦੇ ਆਪਾਂ ਬੈਕ ਮੈਨਸ਼ਨ ਕਰ ਸਕੇ ਸਟੋਰੀਆਂ ਕੀਤੀਆਂ, ਪਰ ਬਹੁਤ ਜ਼ਿਆਦਾ ਮੈਸੇਜ ਆ ਰਹੇ ਆ, ਸਾਰਿਆਂ ਦੀ ਨਹੀਂ ਹੋ ਸਕੇ ਮੈਂ ਬੈਕ ਮੈਨਸ਼ਨ ਨਹੀਂ ਕਰ ਸਕਿਆ, ਅਤੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ, ਤੁਸੀਂ ਇੰਨਾ ਪਿਆਰ ਕਰਦੇ ਹਾਂ। ਅਤੇ ਬਾਕੀ ਟੈਨਸ਼ਨ ਨਾ ਲਿਓ, ਜਿਹੜਾ ਗਲਤ ਬੋਲਦਾ ਬੋਲੀ ਜਾਂਦੂ, ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ, ਨਜ਼ਾਰੇ ਲੈਣ ਦਿਓ, ਜਿਹੜਾ ਬੋਲਦਾ ਆਪੇ ਬੋਲ ਬੋਲ ਕੇ ਹਟ ਜਾਣਗੇ, ਇੰਨੀ ਪਰਵਾਹ ਨਾ ਕਰਿਆ ਕਰੋ, ਕੋਈ ਚੱਕਰ ਨਹੀਂ, ਬਾਕੀ ਟਾਈਮ ਨੇ ਸਾਰਾ ਕੁਝ ਦੱਸ ਦੇਣਾ, ਟਾਈਮ ਆਊਗਾ ਕੋਈ ਚੱਕਰ ਨਹੀਂ, ਹੁਣ ਟਾਈਮ ਮਾੜਾ ਚੱਲ ਰਿਹਾ ਅਤੇ ਚੰਗਾ ਵੀ ਆਊਗਾ ਕੋਈ ਗੱਲ ਨਹੀਂ, ਬਾਕੀ ਸਾਰਿਆਂ ਲੋਕਾਂ ਨੂੰ ਪਤਾ ਲੱਗ ਹੀ ਜਾਣਾ ਆਪੇ ਵੀ ਕੀ ਚੱਕਰ ਸੀ ਸਾਰਾ। ਬਾਕੀ ਆਪਣਾ ਹੁਣ ਬਹੁਤੀਆਂ ਸਫਾਈਆਂ ਨਹੀਂ ਦੇਣੀਆਂ ਅਤੇ ਵਾਹਿਗੁਰੂ ਜਾਣਦਾ ਜੇ ਗਲਤ ਹੋਵਾਂਗੇ ਤਾਂ ਵੀ ਉਹਨੇ ਨਿਬੇੜਾ ਕਰ ਲੈਣਾ, ਸਹੀ ਹੋਵਾਂਗੇ ਤਾਂ ਵੀ ਉਹਨੇ ਆਪੇ ਸਾਰਾ ਕੁਝ ਠੀਕ ਕਰ ਦੇਣਾ। ਅਤੇ ਇੱਥੇ ਹੀ ਆ ਸਾਰਾ ਲੈਣਾ ਦੇਣਾ, ਸਾਰਾ ਇੱਥੇ ਹੀ ਆ, ਇੱਥੇ ਹੀ ਭੁਗਤ ਕੇ ਜਾਣਾ, ਉੱਪਰ 'ਤੇ ਜਾ ਕੇ ਨਹੀਂ ਕੁਝ ਹੋਣਾ, ਇੱਥੇ ਹੀ ਸਾਰਾ ਕੁਝ ਭੁਗਤ ਕੇ ਜਾਵਾਂਗੇ, ਜੇ ਕੁਝ ਗਲਤ ਕੀਤਾ ਹੋਵੇਗਾ ਤਾਂ ਮਹਾਰਾਜ ਸਜ਼ਾ ਦੇ ਦੂ ਆਪੇ ਇੱਥੇ ਹੀ, ਕੋਈ ਗੱਲ ਨਹੀਂ, ਵਾਹਿਗੁਰੂ ਮਹਾਰਾਜ ਤੋਂ ਡਰ ਕੇ ਆਉਂਦੇ ਹਾਂ, ਵਾਹਿਗੁਰੂ ਸਾਰਿਆਂ ਦੀ ਚੜ੍ਹਦੀ ਕਲਾ ਬਖਸ਼ੇ, ਸਾਰਿਆਂ ਦੀਆਂ ਲੰਮੀ ਉਮਰਾਂ ਕਰੇ। ਅਤੇ ਬਾਕੀ ਆਪਾਂ ਅੱਜ ਦਾ ਜਿਹੜਾ ਵਲੌਗ ਬਣਾਉਣਾ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਾਰਾ, ਅੱਜ ਪਾਰਟੀ ਦੇ ਵਗੈਰਾ ਅਸੀਂ ਕੋਈ ਕਰ ਨਹੀਂ ਰਹੇ ਵੈਸੇ, ਅਤੇ ਪਾਰਟੀ ਤਾਂ ਕੋਈ ਹੈ ਨਹੀਂ ਆ, ਕੇਕ ਆ ਕੱਟਾਂਗੇ ਮਾੜਾ ਮੋਟਾ, ਅੱਜ ਵੀ ਕੱਟਣਾ ਅਤੇ ਕੱਲ੍ਹ ਨੂੰ ਮੈਚ ਆ ਸਾਡੇ ਇੱਥੇ, ਅੱਜ ਸੈਚਰਡੇ ਆ ਅਤੇ ਕੱਲ੍ਹ ਨੂੰ ਸੰਡੇ ਵੀ ਮੈਚ ਆ ਇੱਥੇ, ਅਤੇ ਕੱਲ੍ਹ ਨੂੰ ਵੀ ਸ਼ਾਇਦ ਕੇਕ ਕੱਟਣਾ, ਅਤੇ ਅੱਜ ਵੀ ਅੱਜ ਆਪਣਾ ਭਰਾ ਵਿੱਕੀ ਹਰੀ ਵਾਲਾ ਆਪਾਂ ਉਹਦੇ ਕੋਲ ਰਹਿ ਰਹੇ ਹਾਂ ਘਰੇ, ਅਤੇ ਉਹਨੇ ਕੇਕ ਔਡਰ ਕੀਤਾ ਤਾਂ ਅੱਜ ਆਪਾਂ ਕੇਕ ਕੱਟਾਂਗੇ, ਪਾਰਟੀ ਤਾਂ ਨਹੀਂ ਕੋਈ ਕਰਨੀ, ਬਸ ਕੇਕ ਕੱਟਣਾ, ਥੋੜ੍ਹਾ ਬਹੁਤਾ ਫਨ ਸ਼ਨ ਮਾੜਾ ਮੋਟਾ ਕਰਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਸਾਰਾ ਦਿਨ ਦਾ, ਅੱਜ ਵੀ ਆਪਾਂ ਅੱਜ ਜਨਮ ਦਿਨ ਵਾਲੇ ਦਿਨ ਕੀ ਕੀਤਾ ਸਾਰਾ ਦਿਨ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਿਆਂ ਨੂੰ। ਅਤੇ ਵੀਡੀਓ ਨਾਲ ਬਣੀ ਰਹੋ, ਅੱਜ ਡੇਲੀ ਵਲੌਗ ਆਪਾਂ ਸਾਰਾ ਦਿਨ ਦਾ ਵਲੌਗ ਬਣਾਵਾਂਗੇ ਅੱਜ, ਅਤੇ ਵੀਡੀਓ ਨਾਲ ਬਣੀ ਰਹੋ ਜੀ। ਹਾਂਜੀ ਹਾਂਜੀ, ਆਹ ਕੀਤਾ ਜੀ, ਕੀਤਾ ਆ ਬਿਸਕੁਟ ਵੀ ਸਾਰੇ ਖਤਮ ਕਰਤੇ ਜੀ, ਤੇ ਪਤੀਸਾ ਵੀ ਕਰਤਾ ਜੀ ਡੱਬਾ, ਮੈਚ ਵੇਖ ਰਿਹਾ ਸੀ ਨਾਲ, ਲਾਈਵ ਚੱਲ ਰਿਹਾ ਮੈਚ, ਕੈਲਗਰੀ ਦਾ ਮੈਚ ਚੱਲ ਰਿਹਾ, ਉਹ ਵੀ ਨਾਲੇ ਨਾਲ ਦੇਖਿਆ ਜਾ ਰਿਹਾ, ਤੁਹਾਡੇ ਇੱਧਰ ਬੈਠਾ ਬੈਠਾ ਬੰਦਾ ਸਾਡਾ ਰੱਜਣ ਨਹੀਂ ਦਿਆ ਲਾਗੇ, ਇਹਦੇ ਲਈ ਕੁਛ ਨਹੀਂ ਖਾਂਦਾ ਤੂੰ, ਤਾਂ ਮਿੱਠਾ ਮਿੱਠਾ ਨਾ, ਇਹ ਮਿੱਠਾ ਖਾਂਦਾ ਨਾ ਰੋਟੀਆਂ ਖਾਂਦਾ, ਇਹ ਕੁਛ ਨਹੀਂ ਖਾਂਦਾ, ਹੱਸ ਕੇ ਖਾ ਦੇ ਕਰੀ, ਤੇਰੀ ਸਮਾਈਲ ਸਾਰੇ ਡੀਕਣ ਦੇ, ਹੱਸ ਕੇ ਖਾ ਦੇ ਹੈ। ਸਾਡੇ ਰਸੋਈ 'ਚ ਖਲਾਰਾ ਬਹੁਤ ਪਿਆ, ਪਰ ਮੁੰਡੇ ਸੇਵਾ ਬਹੁਤ ਕਰਦੇ ਆ, ਖਲਾਰਾ ਵੇਖ ਲਓ ਕਿੰਨਾ ਪਿਆ, ਖਲਾਰੇ ਦੀ ਨਹੀਂ ਕੋਈ ਗੱਲ ਕਰਨਾ, ਫਿਰ ਕਿਹੜੀ ਗੱਲ ਆ, ਖਲਾਰਾ ਉਹ ਖਾ ਦਾਂਗੇ, ਰੋਟੀਆਂ ਗਰਮ ਹੋ ਰਹੀਆਂ, ਖੀਰਾ ਗਰਲਾਲ ਜ਼ਰੂਰ, ਪਨੀਰ ਦੀ ਸਬਜ਼ੀ ਆ, ਪਨੀਰ ਦੇ ਪੀਸ ਤਾਂ ਗਿਣਤੀ ਦੇ ਆ, ਗਿਣਤੀ ਦੇ ਚਾਰ ਪੀਸ ਆ, ਇੱਧਰ ਸੋਲਾਂ ਟੀ ਸ਼ਰਟ ਪਾ ਕੇ ਆ ਗਿਆ, ਇਹ ਕਹਿੰਦੇ ਰੋਟੀਆਂ ਦੀ ਹਨੇਰੀ ਲਿਆਉਣ, ਕਿੰਨੀਆਂ ਖਾਏਗਾ, ਨਹੀਂ ਐਵੇਂ ਭਰਾਵਾ ਨਜ਼ਰ ਲੱਗ ਜੂਗੀ, ਨਹੀਂ ਕੋਈ ਨੇ ਬੰਦੇ ਆ ਘਰ ਦੇ ਵਿੱਚ ਨਿੱਕੇ ਨਿੱਕੇ ਰਹਿੰਦੇ, ਉਹਦਾ ਛੱਤ ਤੋਂ ਇੰਨਾ ਕੀ ਫਰਕ ਰਹਿ ਗਿਆ ਉੱਥੇ ਲੱਗਣ ਨੂੰ, ਸਿਰ ਛੇ ਰੋਟੀਆਂ, ਨਹੀਂ ਨਹੀਂ ਕਿੰਨੀਆਂ ਰੋਟੀਆਂ ਖਾਣੀਆਂ, ਪੰਜ ਛੇ ਤੇ ਖਾ ਲੈਣੀਆਂ ਸਰੀਰ ਦੇ ਹਿਸਾਬ ਨਾਲ, ਉਹ ਵੀ ਥੋੜੀਆਂ ਵਾ, ਭਾਂਡੇ ਵੀ ਮਾਂਜਣੇ ਇਸ ਵਾਰ, ਇਹ ਵੀ ਜ਼ਿੰਮੇਵਾਰੀ ਸਾਡੀ ਆ, ਡਿਊਟੀ ਤੁਹਾਡੀ ਆ, ਠੀਕ ਆ ਜੀ। ਗਰਲਾਲ ਤੜਕੇ ਉੱਠ ਕੇ ਪਹਿਲਾਂ ਇਹੋ ਕੰਮ ਹੀ ਕਰਦਾ ਵੀਰਾਂ ਨੇ, ਪਹਿਲਾਂ ਰਸੋਈ ਸਾਰੀ ਸਾਫ਼ ਕਰਨੀ ਆ, ਭਾਂਡੇ ਧੋਣੇ ਆ, ਸੇਵਾ ਬਹੁਤ ਕਰਦਾ ਮੇਰੀ ਮੁੰਡਾ, ਪਤਾ ਨਹੀਂ ਬਸ ਕਰ, ਗਰਲਾਲ ਢਿੱਡ ਵੱਡਾ ਹੋ ਗਿਆ ਤੇਰਾ, ਵੱਡਾ ਹੋ ਗਿਆ, ਕੱਲ ਦੀ ਤਿਆਰੀ ਕਰਨ ਦਿਆ ਮੁੰਡਾ, ਪੂਰੇ ਵਾਲ ਵੁਲ ਮੁੰਨਣ ਹੋ ਰਿਹਾ।
ਕੱਟਾ ਮੰਨਣਦਾ ਆ ਕਿ ਨਹੀਂ ਸਿਰ ਤੇ ਚੜੀ ਜਾਂਦੇ ਭੈਣ ਥੱਲੇ ਆਈ ਜਾਂਦੇ ਸਰੀਰ ਤੇ ਆਈ ਜਾਂਦੇ ਕੱਟਦੇ ਕੱਟਦੇ ਚੰਗੀਆਂ ਸਾਰੇ ਵਾਲ ਤੇ ਹੈਗੇ ਨੀ ਸਾਰੇ ਤੁਹਾਨੂੰ ਇੱਧਰੋਂ ਵਿਖਾ ਦਿੰਦੇ ਲੱਕ ਚ ਵੀ ਨੀ ਹੈਗੇ ਵਾਲ ਦੇ ਵਾਲ ਨੀ ਹੈਗੇ ਮਾਸਾ ਵੀ ਹਨਾ ਹਫ਼ਤਾ ਇੱਕ ਪਹਿਲਾਂ ਮੈਚ ਦੀ ਤਿਆਰੀ ਕਰਨ ਲਈ ਚਾਹੀਦਾ ਬੰਦਾ ਹੈਗਾ ਨਾ ਐਂ ਸਾਰਾ ਸਾਰਾ ਵਾਲ ਵੂਲ ਕੱਟ ਕੇ ਦੇਵੇ ਹੈ ਨੀ ਵਾਲੇ ਦੇ ਸਿਰ ਚ ਘਰੇ ਹੀ ਕਹਿੰਦੇ ਕਟਿੰਗ ਘਰੇ ਹੀ ਕਰਾ ਰਿਹਾ ਮੁੰਡਾ ਕਿੱਦਾਂ ਦਾ ਕਿੱਦਾਂ ਦਾ ਸਟਾਈਲ ਬਣਾਉਣਾ ਹੈ ਕੱਲ ਦੀ ਮੈਚ ਦੀ ਤਿਆਰੀ ਕਰ ਰਿਹਾ ਬੰਦਾ ਘਰੇ ਹੀ ਸਾਰਾ ਸਮਾਨ ਲੈ ਕੇ ਵੀਰਾ ਲਾ ਦੇ ਜੀਰੋ ਸਰਚੇ ਦੇ ਫਿਰ ਦੀਏ ਕੁਛ ਨੀ ਹੁੰਦਾ ਵੇਖੀ ਜਾਊਗੀ ਲਾ ਦੀਏ ਜੀਰੋ ਹੈ ਚੱਲ ਲਾ ਦੋ ਫਿਰ ਜੀਰੋ ਲਾ ਦੀਏ ਹੈ ਸੌਖਾ ਜੂ ਉਹਨੂੰ ਵੀ ਐਵੇਂ ਅੱਧੀ ਰਾਤ ਤੰਗ ਕਰਨੇ ਹੈ ਕੁਛ ਨੀ ਹੁੰਦਾ ਸੋਹਣੀ ਲੱਗਣੀ ਉੱਤੇ ਕਰਕੇ ਸਿਰ ਚ ਲਾ ਕੇ ਨਾ ਦੂਜੀ ਜੀਰੋ ਉੱਤੇ ਦਾੜੀ ਦੇ ਉਸ ਤਰ੍ਹਾਂ ਲਾਉਂਦੇ ਹਨਾ ਸਿਰਾ ਹੋਣਾ ਰੰਗ ਵੀ ਕਹਿੰਦਾ ਚਿੱਟਾ ਨਿਕਲਦਾ ਨਾਲੇ ਹਨਾ ਜਿਮ ਦਾ ਸਮਾਨ ਵੀ ਇੱਥੇ ਪਿਆ ਹੈ ਲਓ ਜੀ ਆਪਾਂ ਆਪਣੀ ਲਿਮੋਜਿਨ ਤੇ ਚੱਲੇ ਹਾਂ ਜੀ ਮਾਲ ਕਿਹੜੇ ਮਾਲ ਗਿਲਫਰਡ ਤੇ ਡਰਾਈਵਰ ਹੈਗਾ ਜੀ ਵਿਕਰਮ ਬਰਾੜ ਹਰੀ ਕੇ ਤੇ ਲਿਮੋਜਿਨ ਸਾਡੀ ਤੁਸੀਂ ਵੇਖ ਹੀ ਲਈ ਆ ਤੁਹਾਨੂੰ ਦਿਖਾ ਦਿੰਦੇ ਹਾਂ ਫਿਰ ਚੰਗੀ ਤਰ੍ਹਾਂ ਗੱਡੀ ਸਾਡੀ ਅਸੀਂ ਜਾ ਰਹੇ ਹਾਂ ਮਾਲ ਕੁਛ ਨਾ ਕੁਛ ਦੇਖਣੇ ਮੁੰਡਿਆਂ ਦੇ ਵੀ ਨਿੱਕਰ ਟੈਡੀ ਵੇਖਣੀ ਕੱਲ ਨੂੰ ਮੈਚ ਆ ਦੋ ਮਗਰ ਬੈਠੇ ਇੱਕ ਹੋਰ ਨਿਕਾ ਜਾ ਭਾਈ ਨਿਕਾ ਜਾ ਭਾਈ ਚੱਕ ਦੇ ਕੰਮ ਨੂੰ ਲਓ ਵੀ ਆਪਾਂ ਮੋਲ ਚ ਹੁਣ ਚੱਲੇ ਵਾਪਸ ਘਰੇ ਤੇ ਲਿਆ ਹੀ ਕੁਝ ਨਹੀਂ ਆ ਆਪਾਂ ਪਰ ਲੈ ਲਿਆ ਥੋੜਾ ਸਮਾਨ ਟੈਡੀਆਂ ਲਈਆਂ ਟੈਡੀਆਂ ਲਈਆਂ ਮੁੰਡੇ ਨੇ ਦੋ ਖੇਡਣ ਬੱਚੇ ਦਾ ਲੈ ਲਿਆ ਅਸੀਂ ਆਪਣੇ ਸੁਖਮਨ ਦੇ ਲੈ ਦੋ ਟਰੈਕ ਸੂਟ ਘਰੇ ਆ ਕੇ ਮੈਂ ਦਿਖਾਉਣਾ ਤੁਹਾਨੂੰ ਹੁਣ ਤੇ ਦਿਖਾਇਆ ਨਹੀਂ ਜਾਣਾ ਤੇ ਹੁਣ ਪੈਕਿੰਗ ਹੋਈ ਆ ਨਾ ਫਿਰ ਤੇ ਘਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਸੁਖਮਨ ਦੇ ਦੋ ਟਰੈਕ ਸੂਟ ਲਏ ਸੀ ਗਰਲਾਲ ਆਪਾਂ ਕੀ ਲਿਆ ਆਪਾਂ ਵਿਹਲੇ ਹੀ ਚੱਲੇ ਸ਼ਾਬਾਸ਼ ਸ਼ਾਬਾਸ਼ ਹੈ ਸਾਰੇ ਵਹਿੰਦੇ ਆ ਵੀ ਐਡੇ ਐਡੇ ਬੰਦੇ ਤੁਰੇ ਕਿੱਥੋਂ ਫਿਰਦੇ ਕਿਹੜੀ ਦੁਨੀਆਂ ਤੋਂ ਆਏ ਕਿੱਥੋਂ ਛੱਡੇ ਆ ਐਡੇ ਐਡੇ ਬੰਦੇ ਕਿਹੜੀ ਦੁਨੀਆਂ ਤੋਂ ਆਏ ਆ ਸਾਰੇ ਵੇਖਣਦੇ ਗਰਲਾਲ ਫਿਰ ਤਿਆਰੀ ਕੱਲ੍ਹ ਦੀ ਕੱਲ ਨੂੰ ਮੈਚ ਆ ਤੇ ਮੁੰਡਾ ਪੂਰੀ ਫੌਜ ਆ ਦੂਸਰਾ ਮੈਚ ਹੀ ਅਜੇ ਕੈਨੇਡਾ ਦੇ ਰਹਿਣਾ ਮਿਲਦੇ ਆ ਕੱਲ ਨੂੰ ਗਰਾਊਂਡਾਂ 'ਚ ਤੇ ਚੱਲਦੇ ਹੁਣ ਅਸੀਂ ਚੱਲੇ ਹਾਂ ਘਰੇ ਤੇ ਘਰ ਜਾ ਕੇ ਤੁਹਾਨੂੰ ਦਿਖਾਉਣਾ ਮੈਂ ਕੱਪੜੇ ਸਿੱਖ ਬੰਦੇ ਬਹੁਤ ਰੀਸ ਸੀ ਬਹੁਤ ਮੇਰਾ ਦਿਲ ਕਰਦਾ ਸੀ ਵੀ ਮੈਂ ਕੱਪੜੇ ਲੈਣ ਨੂੰ ਸ਼ੋਪਿੰਗ ਕਰਨ ਨੂੰ ਸੁਖਮਨ ਦੀ ਅਤੇ ਅਜੇ ਆਪਾਂ ਸਾਰੇ ਸ਼ੋਪਿੰਗ ਅਜੇ ਕਰਨੀ ਆ ਮੈਂ ਜਾਣਾ ਐਡਮਿੰਟਨ ਉੱਥੇ ਕਰਨੀ ਆ ਸ਼ੋਪਿੰਗ ਸਾਰੀ ਅਤੇ ਬਹੁਤ ਮਿਸ ਵੀ ਕਰ ਰਹੇ ਹਾਂ ਫੈਮਲੀ ਨੂੰ ਅੱਜ ਕਿਉਂਕਿ ਇੱਕ ਬਰਥਡੇ ਸੀ ਆ ਮੇਰਾ ਅਤੇ ਉਹਨਾਂ ਵੀ ਇਕੱਲਿਆਂ ਨੇ ਕੇਕ ਕੱਟਿਆ ਅਤੇ ਮੈਂ ਵੀ ਇੱਥੇ ਹੁਣ ਅਸੀਂ ਵੀ ਕੱਟਣਾ ਇਕੱਲਿਆਂ ਨੇ ਅਤੇ ਫੈਮਲੀ ਦੇ ਨਾਲ ਹੋਈਏ ਤਾਂ ਫਿਰ ਹੋਰ ਗੱਲ ਹੁੰਦੀ ਆ ਅਤੇ ਹੁਣ ਬਾਕੀ ਮਿਸ ਕਰ ਰਹੇ ਹਾਂ ਆਪਣੀ ਫੈਮਲੀ ਨੂੰ ਅਤੇ ਹੁਣ ਅਸੀਂ ਚੱਲੇ ਹਾਂ ਘਰੇ ਸਾਰੇ ਜਣੇ ਅਤੇ ਫਿਰ ਸ਼ਾਮ ਨੂੰ ਕੱਟਣਾ ਅਸੀਂ ਕੇਕ ਕੱਟਾਂਗੇ ਸ਼ਾਮ ਨੂੰ ਤਾਂ ਦਿਖਾਉਣੇ ਆ ਦੱਸਿਓ ਸਾਰੇ ਨਾਲੇ ਕੇਕ ਕਿੱਦਾਂ ਦਾ ਸੋਹਣਾ ਵਿੱਕੀ ਨੇ ਔਡਰ ਕੀਤਾ ਹੈ ਕਾਫੀ ਦਿਨਾਂ ਦਾ ਕੇਕ ਦਿਖਾਉਣੇ ਤੁਹਾਨੂੰ ਘਰ ਜਾਗੇ ਨਾਲੇ ਕੱਪੜੇ ਦਿਖਾਉਣੇ ਸੁਖਵੰਦੇ ਆ ਜਾਓ ਫਿਰ ਚੱਲੀਏ ਕਰਨ ਚੱਲ ਵਾੜ ਵਿੱਚ ਗੱਡੀ ਆ ਇਹ ਵਾੜ ਮਹਾ ਹੀ ਗਿਆ ਗੱਡੀ ਦੇ ਵਿੱਚ ਕਿੱਦਾਂ ਬੰਦਾ ਕੱਢਾ ਗੱਡੀ 'ਚ ਬੈਠਾ ਵੇਖੋ ਲੱਗਣ ਦਿਆ ਗੱਡੀ ਨਹੀਂ ਗਈ ਲੱਗਣ ਦੀ ਵੇਖੋ ਗੱਡੀ 'ਚ ਬੈਠਾ ਛੱਤ ਲਾ ਦੀ ਉੱਤੋਂ ਹੈਂ ਘਰੇ ਜਾ ਕੇ ਵੱਢ ਦੀ ਉੱਤੋਂ ਇਹ ਸਾਡੀ ਰਾਣੀ ਸੁੰਦਰਾ ਸਾਨੂੰ ਲਈ ਫਿਰਦੀ ਇਹਨਾਂ ਦਿਨਾਂ ਦੀ ਇਹਨੂੰ ਨਹੀਂ ਮਾੜਾ ਕਹਿ ਸਕਦੇ ਇਹਦੇ 'ਤੇ ਹੀ ਆ ਸਾਰੇ ਕਿਤੇ ਜਾਈਦਾ ਗਰਾਊਂਡ ਜਿੰਮ ਸਾਰੇ ਕਿਤੇ ਇਹ ਵੀ ਨਿਗਾ ਜਾ ਹੀ ਆ ਟਿਮ ਹੋਟਲ ਦੀ ਕੌਫੀ ਪੀਣਗੇ ਮਨ ਲੱਗਿਆ ਜੀ ਟਿਮ ਹੋਟਲ ਤੋਂ ਕੌਫੀ ਲੈਣ ਐਨਰਜੀ ਡਾਊਨ ਹੋ ਗਈ ਥੋੜ੍ਹੀ ਅਤੇ ਇਸ ਲਈ ਕੌਫੀ ਪੀਣਗੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਤੁਸੀਂ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਬੜੀਆਂ ਅਰਦਾਸਾਂ ਕੀਤੀਆਂ ਅਤੇ ਆਪਣੇ ਭਾਅ ਜੀ ਨੀਟੂ ਪੰਗ ਤੰਦਰੁਸਤ ਤਾਂ ਪੂਰੇ ਹੁਣ ਠੀਕ ਆ ਅਤੇ ਜਲਦੀ ਵਾਪਸੀ ਕਰਨਗੇ ਗਰਾਊਂਡਾਂ 'ਚ ਆਇਆ ਕਰਨਗੇ ਟੀਮ ਦੇ ਨਾਲ
ਠੀਕ ਹੋ ਚੁੱਕੇ ਆ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੈ ਹੁਣ ਪਿਛਲੇ ਦਿਨੀ ਥੋੜ੍ਹੀ ਪ੍ਰੋਬਲਮ ਆ ਗਈ ਸੀ ਉਹਨਾਂ ਨੂੰ ਅਤੇ ਹੁਣ ਠੀਕ ਆ ਨੇ ਪੂਰੇ ਵਾਹਿਗੁਰੂ ਮਿਹਰ ਕਰੇ ਉਹਨਾਂ 'ਤੇ ਕਾਫੀ ਲੈ ਕੇ ਫਿਰ ਆਪਾਂ ਚੱਲਦੇ ਹਾਂ ਘਰ ਨੂੰ ਅਸੀਂ ਘਰ ਆ ਚੁੱਕੇ ਹਾਂ ਅਤੇ ਪਰ ਇੱਕ ਘਾਟਾ ਪੈ ਚੁੱਕਾ ਬਹੁਤ ਵੱਡਾ ਘਾਟਾ ਪੈ ਗਿਆ ਫੈਡਰੇਸ਼ਨ ਨੂੰ ਟੋਪੀ ਗਵਾ ਗਈ ਮੇਰੀ ਤੁਸੀਂ ਪਹਿਲਾਂ ਵੀਡੀਓ 'ਚ ਵੇਖੀ ਹੋਣੀ ਆ ਅਤੇ ਟੋਪੀ ਰਹਿ ਗਈ ਉੱਥੇ ਇਹ ਕੱਪੜਾ ਤਾਂ ਕੋਈ ਲਿਆ ਨਹੀਂ ਟੀ ਸ਼ਰਟ ਪਾ ਕੇ ਦੇਖਦਾ ਅਸੀਂ ਅਤੇ ਉੱਥੇ ਲਾਈ ਸੀ ਟੋਪੀ ਅਤੇ ਉੱਥੇ ਹੀ ਛੱਡ ਆਏ ਪਤਾ ਨਹੀਂ ਹੁਣ ਕਿੱਥੇ ਰਹਿ ਗਈ ਆ ਲੱਭੀ ਨਹੀਂ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਬਹੁਤ ਵੱਡਾ ਅਤੇ ਸਾਡੀ ਟੋਪੀ ਗਈ ਆ ਗਵਾਚ ਕੀ ਕਰ ਸਕਦੇ ਚਲੋ ਕੋਈ ਗੱਲ ਨਹੀਂ ਚਾਹ ਹੀ ਬੜਾ ਸੀ ਸੁਖਮਨ ਦੇ ਕੱਪੜੇ ਲੈ ਆਉਂਦੇ ਅਤੇ ਆਪਣੀ ਟੋਪੀ ਉੱਥੇ ਹੀ ਛੱਡ ਆਏ ਗਵਾਚ ਗਈ ਉਹ ਮਗਰ ਸੋਹਲ ਵਾਲਾ ਮੁੰਡਾ ਤੁਰਿਆ ਫਿਰਦਾ ਅਤੇ ਹੁਣ ਤੁਹਾਨੂੰ ਦਿਖਾਉਣਾ ਮੈਂ ਕੱਪੜੇ ਆਏ ਦੱਸਿਓ ਸਾਰੇ ਕਮੈਂਟ ਕਰਕੇ ਵੀ ਸੋਹਣੇ ਆ ਮੇਰੀ ਚੁਆਇਸ ਕਿੱਦਾਂ ਦੀ ਆ ਸਾਰੇ ਜ਼ਰੂਰ ਦੱਸਿਓ ਲਓ ਜੀ ਦੇਖੋ ਵੀ ਸੁਖਮਨ ਦੇ ਕੱਪੜੇ ਦੇਖੋ ਮੈਨੂੰ ਥੋੜ੍ਹੇ ਜਿਹੇ ਉੱਦਾਂ ਵੱਡੇ ਲੱਗਦੇ ਆ ਪਰ ਆਪਾਂ ਸਹੀ ਲਏ ਆ ਵੀਡੀਓ 'ਚ ਵੀ ਲੱਗ ਰਿਹਾ ਥੋੜ੍ਹੇ ਜਿਹੇ ਵੱਡੇ ਉੱਦਾਂ ਪਰ ਵੱਡੇ ਨਹੀਂ ਆ ਆ ਜਾਣੇ ਉਹਨੂੰ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵੀ ਟਰੈਕ ਸੂਟ ਜਿਹੇ ਲਏ ਆ ਦੋ ਉਹਦੇ ਵੀ ਸੋਹਣੇ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਸਾਰਿਆਂ ਨੇ ਟਿੱਡੀ ਦੇ ਆਏ ਚਮਚੇ ਵੀ ਲਿਆ ਇਧਰ ਕਹਿੰਦੇ ਵੀ ਮੁੰਡਾ ਸਜਾਵਟ ਕਰ ਰਿਹਾ ਪੂਰੀ ਪੂਰੀ ਗੱਲ ਬਣਾਏਗਾ ਇਹ ਵਿੱਕੀ ਹਰੀ ਗਲੇ ਵੱਲੋਂ ਕਹਿੰਦੇ ਵੀ ਕੇਕ ਆ ਕਿਹੜਾ ਕੇਕ ਆ ਇਹ ਕਸਟਮ ਕੇ ਕਸਟਮ ਕੀ ਹੁੰਦਾ ਮੈਨੂੰ ਤਾਂ ਆਮ ਨਹੀਂ ਪਤਾ ਕਿਹੜਾ ਗੱਬੂ ਕੁਛ ਕਸਟਮ ਦਾ ਮਤਲਬ ਕੀ ਹੁੰਦਾ ਹੁਣ ਤੇ ਇਹਨੂੰ ਪਤਾ ਵੀ ਦੱਸੋ ਸਪੈਸ਼ਲ ਡਿਮਾਂਡ ਤੇ ਬਣਾਇਆ ਗਿਆ ਸਪੈਸ਼ਲ ਡਿਮਾਂਡ ਤੇ ਤਿਆਰ ਹੋਇਆ ਸਪੈਸ਼ਲ ਲੱਗਦਾ ਨਹੀਂ ਦੇਖ ਹਾਂ ਨਹੀਂ ਗੱਲ ਤੇ ਪੂਰੀ ਅਸਰ ਸਿਰਾ ਕੇਕ ਆ ਸੇਵਾ ਕੇ ਗਿਆ ਇਹ ਅੱਗੇ ਆਪਾਂ ਗਲਤ ਗਏ ਤਾਂ ਅਸੀਂ ਚਾਰ ਜਣੇ ਇੰਡੀਆ ਕੱਢਤੇ ਆ ਪੰਜਵਾਂ ਆਪਾਂ ਅੱਗੇ ਕੱਢ ਕੇ ਲਿਆਉਣਾ ਉਹ ਵੀ ਅਜੇ ਪਿਆ ਇੱਧਰ ਉਹ ਇੱਧਰ ਪਿਆ ਜੇ ਆਹ ਛੇਵਾਂ ਆ ਗਿਆ ਹੈ ਆਪਣਾ ਮਹੀਨਾ ਨਿਕਲ ਜਾਣਾ ਹੈ ਤੇਰਾ ਮਹੀਨਾ ਤੇਰਾ ਕਦਾ ਮਹੀਨਾ ਕੱਢ ਲੇਗਾ ਤੇਰਾ ਰੱਖਣਾ ਨਹੀਂ ਮਤਲਬ ਇੱਕ ਅੱਧਾ ਦੇਣੀ 11 ਵਜੇ ਤੱਕ ਕਾਮੀ ਇੱਕ ਅੱਧਾ ਦੇਣੀ ਕਰ ਦੇਣਾ ਕੰਮ ਇਹਦਾ ਆਹ ਸਾਰਾ ਗਰਲਾਲ ਦਾ ਹੀ ਆ ਸਾਰਾ ਹੈਗਾ ਕਾਵੀ ਤੇ ਇੱਧਰ ਵੀ ਆ ਵੀ ਇਹ ਗਰਲਾਲ ਦਾ ਹੀ ਆ ਇਹਦਾ ਥੋੜਾ ਬਹੁਤਾ ਹੀ ਖਾਣਾ ਅਸੀਂ ਦਾ ਸਵਾਦ ਹੀ ਲੈਣਾ ਹਾਂ ਬਾਕੀ ਸਾਰਾ ਇੱਧਰ ਹੀ ਆ ਭਲਵਾਨ ਨੇ ਜਾਣੇ ਦੇ ਦਾ ਕੰਮ ਜਾਣੇ ਬੈਠਾ ਕਦਾਂ ਫਿਰ ਲੱਤਾਂ ਚੋੜੀਆਂ ਕਰਕੇ ਹੋਰ ਫਿਰ ਕਹਿ ਵਾ ਚਲੋ ਕੱਢੀ ਫਿਰ ਕੇ ਸੋਹਣੀਆਂ ਲੱਗਦੀਆਂ ਉਸ ਕਰਕੇ ਰੱਖੀਆਂ ਆ ਉਹ ਦੂਜੀਆਂ ਮੋਮਬੱਤੀਆਂ ਨੀ ਲਓ ਜੀ ਕੇਕ ਕੱਟਦਾ ਥੈਂਕ ਯੂ ਆਪੇ ਲਾਭੇ ਵਿੱਚ ਖਾਣ ਦੱਸ ਕਮਾਲ ਹੋ ਗਈ ਹੈ ਜਿੰਨਾ ਸੋਹਣਾ ਲੱਗਣ ਦਿਆ ਗੁਰਲਾਲ ਨੇ ਹੁਣੇ ਖਾਣਾ ਹੈ ਸਾਰਾ ਸਵਾਦ ਹੈ ਤੇਰੀ ਟੀ ਸ਼ਰਟ ਨਾਲ ਆਈ ਵੇਖ ਲਾ ਮੈਚਿੰਗ ਹੋ ਗਈ ਮੈਚਿੰਗ ਸਾਰੇ ਰੋਜ਼ ਦੇ ਲਾ ਰੋਜ਼ ਰੋਜ਼ ਹੀ ਬਣੇ ਆ ਫੁੱਲ ਹੀ ਆ ਸਾਰੇ ਫੁੱਲ ਹੀ ਆ ਚਿਹਰੇ ਪਰ ਸਿਰਾ ਚੀਜ਼ ਆ ਮੈਂ ਵੀ ਖਾਈ ਚੱਕਰ ਲਾਉਣਾ ਜ਼ਰੂਰ ਬਹੁਤ ਬਹੁਤ ਥੈਂਕ ਯੂ ਤੂੰ ਸੰਗ ਬਣ ਖਾਂਦੇ ਆ ਫਿਰ ਆ ਹੋ ਗਿਆ ਵੀ ਅਗਲੇ ਪਲੇਟ ਜੀ ਬੜੀ ਵਧੀਆ ਜੀ ਯਾ ਲਓ ਜੀ ਫੂਡ ਵੀ ਆ ਗਿਆ ਸਾਡਾ ਖਾਣ ਲਈ ਕੀ ਮੰਗਾਇਆ ਆਪਾਂ ਫਿਸ਼ ਤੇ ਅੱਜ ਗਰਲਾਲ ਬਸ ਇੰਨਾ ਹੀ ਖਾਣਾ ਖਾ ਲਾ ਹੋਰ ਕਿ ਸਵੇਰੇ ਅੱਛਾ ਇਹ ਖਾ ਗਏ
ਤੇ ਅੱਜ ਜਿਹੜਾ ਅੱਜ ਹੁਣ ਰਾਤ ਦੇ ਵੱਜ ਗਏ ਮੈਂ ਸਮਾਂ 10 ਵਜੇ ਨਾਲੇ ਆ ਐਂਡ ਹੋ ਗਿਆ ਦਿਨ ਦਾ ਤੇ ਵਲੌਗ ਦਾ ਵੀ ਆਪਾਂ ਕਰਨ ਲੱਗੇ ਆ ਐਂਡ ਤੇ ਖਾਣ ਪੀਣ ਲੱਗੇ ਅਸੀਂ ਹੁਣ ਪੇਟ ਪੂਜਾ ਕਰਕੇ ਤੇ ਫਿਰ ਅਸੀਂ ਕਰਨੀ ਆ ਰੈਸਟ ਕਿਉਂਕਿ ਸਾਡਾ ਮੈਚ ਆ ਕੱਲ ਨੂੰ ਆ ਮੱਛੀ ਆ ਗਈ ਆ ਮੂਲੀ ਆ ਗਈ ਸਾਰੀ ਮੱਛੀ ਜੋ ਵੀ ਹੈਗਾ ਚੱਕ ਦੇਗਾ ਮੈਨੂੰ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰੇ ਨੂੰ।